ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਹਰਦੀਪ ਪੁਰੀ ਬੀਜੇਪੀ ਦੇ ਕੈਂਡੀਡੇਟ ਅੰਮ੍ਰਿਤਸਰ ਤੋਂ, ਜਿਹਨਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਬਾਹਰੀ ਉਮੀਦਵਾਰ ਨੇ, ਤੇ ਬਾਹਰੀ ਉਮੀਦਵਾਰ ਨੇ ਆਪਣੀ ਨਾਮਜ਼ਦਗੀ ਭਰਦਿਆਂ ਮੀਡੀਆ ਨਾਲ ਮੁਖਾਤਿਬ ਹੁੰਦਿਆਂ ਕੀ ਕਿਹਾ, ਆਓ ਮਾਰਦੇ ਹਾਂ ਇੱਕ ਨਜ਼ਰ। ਪ੍ਰੋਗਰਾਮ ਮੈਂ ਤੁਹਾਨੂੰ ਦੱਸਣਾ, ਸਾਡੇ ਜਿਹੜੇ ਇੱਥੋਂ ਦੇ ਅਧਿਆਕਸ਼ ਹੈਗੇ ਭਾਰਤੀ ਜਨਤਾ ਪਾਰਟੀ ਦੇ ਸ਼ਵੇਤ ਮਲਿਕ ਜੀ, ਉਹਨਾਂ ਦੀ ਰਿਹਾਇਸ਼ ਤੋਂ ਅਸੀਂ ਚੱਲਾਂਗੇ ਕਿ ਰਿਟਰਨਿੰਗ ਆਫਿਸਰ ਦੇ ਕੋਲ, ਜੋ ਉਹਨਾਂ ਦੇ ਰੈਜੀਡੈਂਸ ਤੋਂ ਨਜ਼ਦੀਕ ਹੀ ਹੈਗਾ, ਅਤੇ 12 ਵਜੇ ਦੇ ਕਰੀਬ ਅਸੀਂ ਉੱਥੇ ਨੋਮੀਨੇਸ਼ਨ ਪੇਪਰ ਫਾਈਲ ਕਰਨਾ ਹੈਗਾ। ਅਤੇ ਅੱਜ ਪ੍ਰੈਸ ਕਾਨਫਰੰਸ ਜਿਹੜੀ ਤੁਹਾਡੇ ਨਾਲ ਮੈਂ 1.5 ਘੰਟਾ ਸਪੈਂਡ ਕੀਤਾ ਹੈ, ਉਹਦੇ ਬਾਅਦ ਸਾਰੀ ਉਹ ਕਾਗਜ਼ੀ ਕਾਰਵਾਈ ਜਿਹੜੀ ਹੁੰਦੀ ਹੈ, ਉਹ ਪੇਪਰ ਦੀ ਸਕਰੂਟਨੀ, ਉਹ ਸਾਰੀ ਕਰ ਲਈ, ਬੈਂਕ ਅਕਾਊਂਟ ਖੋਲ੍ਹਣਾ। ਅਤੇ ਕੱਲ੍ਹ ਨੋਮੀਨੇਸ਼ਨ ਫਾਈਲ ਕਰਨ ਦੇ ਬਾਅਦ ਫਿਰ ਪੂਰੇ ਜ਼ੋਰ ਨਾਲ ਤੁਹਾਡੇ ਸਾਥ ਨਾਲ ਅਤੇ ਬਾਬਾ ਗੁਰੂ ਮਹਾਰਾਜ ਦੀ ਬਲੈਸਿੰਗਸ ਅਤੇ ਆਸ਼ੀਰਵਾਦ ਨਾਲ ਫਿਰ ਆਪਣਾ ਕੈਂਪੇਨ ਚਾਲੂ ਹੋ ਜਾਏਗੀ। ਗੁਰੂ ਮਹਾਰਾਜ ਦੀ ਕਿਰਪਾ ਹੈ ਕਿ ਪਿਛਲੇ 18 ਮਹੀਨੇ 'ਚ ਮੇਰਾ ਸੁਭਾਗ ਰਿਹਾ ਹੈ ਕਿ ਮੈਂ ਇੰਨੀ ਵਾਰ ਆ ਕੇ ਮੱਥਾ ਟੇਕ ਸਕਿਆ। ਆਪਣੇ ਪਰਸਨਲ ਇੱਛਾ ਦੇ ਕਾਰਨ, ਦੂਜਾ ਜਦੋਂ ਬਾਹਰੋਂ ਕੋਈ ਹੈਡਸ ਆਫ ਸਟੇਟ ਜਾਂ ਗਵਰਨਮੈਂਟ ਆਉਂਦੇ ਸੀਗੇ ਤਾਂ ਮੈਨੂੰ ਯਾਦ ਹੈ 2 ਮੌਕੇ 'ਤੇ ਸੀਗੇ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਏ ਸੀਗੇ, ਅਤੇ ਪ੍ਰਧਾਨ ਮੰਤਰੀ ਜੀ ਨੇ ਮੈਨੂੰ ਆਦੇਸ਼ ਦਿੱਤਾ ਕਿ ਮੈਂ ਆ ਕੇ ਉਹਨਾਂ ਨਾਲ ਦਰਬਾਰ ਸਾਹਿਬ ਅਤੇ ਅੰਮ੍ਰਿਤਸਰ ਦਾ ਜਿਹੜਾ ਸੈਗਮੈਂਟ ਸੀ ਉਹਨਾਂ ਨਾਲ ਰਵਾਂ। ਉਹਦੇ ਬਾਅਦ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਅੰਤੋਨੀਓ ਗੁਤੇਰਸ ਜਦੋਂ ਆਏ ਸੀਗੇ, ਫਿਰ ਬਾਕੀ ਉਸ ਤੋਂ ਇਲਾਵਾ ਮੈਂ ਦਰਬਾਰ ਸਾਹਿਬ ਮੈਨੂੰ ਮੱਥਾ ਟੇਕਣ ਦਾ ਮੌਕਾ ਪਿਛਲੇ 60 ਸਾਲ 'ਚ ਇਹ ਦਿੱਲੀ ਮੇਰੀ ਪੋਸਟਿੰਗ ਰਹੀ ਹੈ ਜਾਂ ਬਾਹਰ ਰਹੀ ਹੈ, ਗੁਰੂ ਮਹਾਰਾਜ ਦੀ ਕਿਰਪਾ ਕਿ ਮੈਂ ਮੈਨੂੰ ਮੌਕਾ ਮਿਲਦੇ ਰਹੇ ਨੇ। ਪਰ ਮੈਂ ਹਮੇਸ਼ਾ ਮੇਰੀ ਖਾਹਿਸ਼ ਇਹ ਸੀ ਕਿ ਮੈਂ ਗੁਰਦੁਆਰਾ ਸਾਹਿਬ ਆਵਾਂ ਐਜ਼ ਏ ਡਿਵੋਟੀ, ਐਜ਼ ਏ ਡਿਸਾਈਪਲ, ਨੋਟ ਐਜ਼ ਏ ਕੈਂਡੀਡੇਟ। ਬਟ ਅੱਜ ਕੈਂਡੀਡੇਟ ਆਉਣ ਦਾ ਮੈਨੂੰ ਮੌਕਾ ਮਿਲਿਆ ਹੈ, ਅਤੇ ਮੈਂ ਆਸ਼ੀਰਵਾਦ ਅਤੇ ਗੁਰੂ ਮਹਾਰਾਜ ਦੀ ਬਖਸ਼ੀਸ਼ਾਂ ਲੈਣੇ, ਅਤੇ ਇੱਕ ਤਰਫ ਨਾਲ ਆਪਣਾ ਜੋ ਮੇਰਾ ਜੀਵਨ ਰਿਹਾ ਹੈ ਉਹਦੇ 'ਚ ਇੱਕ ਕੋਨਸਟੈਂਟ ਜਿਹੜੀ ਤਾਕਤ ਮਿਲਦੀ ਹੈ ਉਹ ਮੈਂ ਸਮਝਣਾ ਗੁਰੂ ਮਹਾਰਾਜ ਤੋਂ। ਬਾਕੀ ਅਪਸ ਐਂਡ ਡਾਊਨਸ ਹੁੰਦੇ ਰਹਿੰਦੇ ਨੇ, ਕਦੀ ਆਦਮੀ ਸਮਝਦਾ ਹੈ ਕਿ ਅੱਜ ਜਿਹੜਾ ਅੱਗੇ ਦਾ ਰਾਸਤਾ ਹੈ ਉਹ ਆਸਾਨ ਹੋਏਗਾ, ਪਰ ਮੈਂ ਹਮੇਸ਼ਾ ਕੋਈ ਜ਼ਿੰਦਗੀ ਦਾ ਜਦੋਂ ਮੋੜ ਆਉਂਦਾ ਹੈ ਜਿਹਦੇ 'ਚ ਮੈਨੂੰ ਲੱਗਦਾ ਹੈ ਕਿ ਨਵੇਂ ਚੈਲੰਜਸ ਹੋਣਗੇ, ਹਮੇਸ਼ਾ ਉਹਦੇ ਸਾਹਿਬ ਬਚਪਨ 'ਚ ਵੀ ਅਸੀਂ ਜਦੋਂ ਸਕੂਲ 'ਚ ਪੜ੍ਹਦੇ ਸੀਗੇ ਇਮਤਿਹਾਨ ਤੋਂ ਪਹਿਲੇ ਅਗਰ ਆਪਣੀ ਤਰਫੋਂ ਕੋਈ ਕਮੀਆਂ ਰਹਿ ਜਾਂਦੀਆਂ ਸਨ ਪੜ੍ਹਾਈ 'ਚ ਅਤੇ ਤਿਆਰੀ 'ਚ,
ਤੇ ਫਿਰ ਗੁਰੂ ਮਹਾਰਾਜ ਜਾ ਕੇ ਕਹੇ ਜੀ ਇਹਦੇ ਕੁਐਸਚਨ ਠੀਕ ਆ ਜਾਣ। ਪਰ ਇਸ ਵਾਲੇ ਇੱਕ ਹੋਰ ਬੜੀ ਵੱਡੀ ਚੁਣੌਤੀ ਹੈ ਕਿ ਇਹ ਨਵੀਂ ਜਿਹੜੀ ਜਰਨੀ 'ਚ ਮੈਂ ਕਦਮ ਰੱਖ ਰਿਹਾ ਉਹਦੇ 'ਚ ਮੇਰੀ ਪ੍ਰਾਰਥਨਾ ਇਹ ਰਹੇਗੀ ਕਿ ਮੈਂ ਮੈਨੂੰ ਇਹ ਜਿਹੜਾ ਮੌਕਾ ਦਿੱਤਾ ਗਿਆ ਹੈ ਜੋ ਬਿਲਕੁਲ ਮੈਂ ਐਕਸਪੈਕਟ ਨਹੀਂ ਕਰਦਾ ਸੀ, ਮੈਨੂੰ ਇਹਦੇ 'ਚ ਬੜੇ ਮੇਰੇ ਪੋਲੀਟੀਕਲ ਲਾਈਫ ਵਿੱਚ ਸਾਥੀ ਨੇ ਉਹਨਾਂ ਨੂੰ ਪਤਾ ਰਹੇਗਾ ਕਿ ਮੈਂ ਤਾਂ ਇਸ ਲਈ ਥੋੜ੍ਹੀ ਅਸੀਂ ਲੇਟ ਵੀ ਸ਼ੁਰੂਆਤ ਕੀਤੀ ਹੈ ਕਿ ਮੈਨੂੰ ਗੁਰੂ ਮਹਾਰਾਜ ਰਸਤਾ ਦਿਖਾਉਣ, ਮੈਨੂੰ ਸ਼ਕਤੀ ਦੇਣ ਕਿ ਜੋ ਅੰਮ੍ਰਿਤਸਰ ਦੀ ਜਨਤਾ ਹੈ ਉਹਨਾਂ ਦੀ ਮੈਂ ਸੇਵਾ ਜੋ ਹੈ ਗੁਰੂ ਮਹਾਰਾਜ ਦੇ ਦਿਖਾਏ ਤਰੀਕੇ ਅਤੇ ਰਸਤੇ 'ਚ ਕਰ ਸਕਾਂ। ਮੈਂ ਉਹੀ ਸਿਰਫ ਉਹੀ ਮੈਂ ਅੱਜ ਜੀ ਮੈਂ ਗਿਣਵਾ ਰਿਹਾ ਸੀ ਤੁਹਾਨੂੰ ਕਦੇ ਮੈਨੂੰ ਕਿੰਨੇ ਮੌਕੇ ਮਿਲੇ। ਮੈਂ ਤੁਹਾਨੂੰ ਦੱਸਿਆ ਸੀ ਮੈਂ ਦਕਸ਼ਿਨ 'ਚ ਲੈਂਡ ਕੀਤਾ ਸੀਗਾ ਜਦੋਂ ਮੈਨੂੰ ਅਧਿਆਕਸ਼ ਜੀ ਦਾ ਫੋਨ ਆਇਆ ਸ਼੍ਰੀ ਅਮਿਤ ਸ਼ਾਹ ਜੀ ਦਾ ਕਿ ਕੱਲ੍ਹ ਇੱਕ ਕਾਰਜਕ੍ਰਮ ਕਰਨ ਜਾ ਰਿਹਾ ਸੀ ਜੋ SGPC ਦੇ ਤਰਫੋਂ ਸੀਗਾ ਕਾਰਜਕ੍ਰਮ ਸੁਲਤਾਨਪੁਰ ਲੋਧੀ, ਅਤੇ ਮੈਂ ਉਹ ਜਿਸ ਫਲਾਈਟ 'ਤੇ ਗਿਆ ਸੀ ਉਹਦੇ ਥੋੜ੍ਹੇ ਘੰਟੇ ਬਾਅਦ ਹੀ ਵਾਪਸ ਦਿੱਲੀ ਆਇਆ। ਅਗਲੇ ਦਿਨ ਆਇਆ ਦਰਬਾਰ ਸਾਹਿਬ ਮੱਥਾ ਟੇਕਿਆ, ਉਹਦੇ ਬਾਅਦ ਸੁਲਤਾਨਪੁਰ ਲੋਧੀ ਗਿਆ, ਦੋ ਦਿਨ ਬਾਅਦ ਡੇਰਾ ਬਾਬਾ ਨਾਨਕ, ਅਤੇ ਉਹਦੇ ਬਾਅਦ ਮੈਨੂੰ ਇੱਕ ਕਰਤਾਰਪੁਰ ਸਾਹਿਬ ਮੱਥਾ ਟੇਕਣ ਦੀ ਮੌਕਾ ਮਿਲ ਗਿਆ। ਅਤੇ ਮੈਨੂੰ ਮੈਂ ਸਮਝਦਾ ਕਿ ਕੁਛ ਮੈਂ ਠੀਕ ਕੀਤਾ ਹੋਣਾ ਪਿਛਲੇ ਜਨਮ ਵਿੱਚ ਕਿ ਮੈਨੂੰ ਇਹੋ ਜਿਹੇ ਗੁਰੂ ਮਹਾਰਾਜ ਦੀ ਅਸੀਸਾਂ ਅਤੇ ਉਹਨਾਂ ਦੀ ਬਖਸ਼ਿਸ਼ ਅਤੇ ਸਭ ਤੋਂ ਜ਼ਿਆਦਾ ਜੋ ਹੈ ਜਿਹੜਾ ਰਸਤਾ ਦਿਖਾਉਣਾ, ਕਿਉਂਕਿ ਮੈਂ ਇਹਦੇ ਮੇਰੇ ਜ਼ਿੰਦਗੀ ਆਪਣੀ ਜ਼ਿੰਦਗੀ 'ਚ ਇੰਨੇ ਮੋੜ ਆਏ ਨੇ। ਮੈਂ ਤੁਹਾਨੂੰ ਦੱਸਿਆ ਨਾ ਮੈਂ ਸਾਊਥ 'ਚ ਲੈਂਡ ਕੀਤਾ ਸੀ ਅਤੇ ਮੈਨੂੰ ਆਦੇਸ਼ ਮਿਲ ਗਿਆ ਕਿ ਕੱਲ੍ਹ ਆ ਜਾਓ, ਅਤੇ ਉਸ ਦਿਨ ਉਹ ਉਸ ਹਫ਼ਤੇ 10 ਦਿਨ 'ਚ ਮੈਂ ਮੈਨੂੰ ਦਰਬਾਰ ਸਾਹਿਬ ਆ ਕੇ ਮੱਥਾ ਟੇਕਣ ਦੇ ਕੋਈ 6 ਮੌਕੇ ਮਿਲੇ ਹੋਏ। ਇਸ ਲਈ ਮੈਂ ਸਮਝਿਆ ਜੀ ਮੈਨੂੰ ਹਮੇਸ਼ਾ ਅਰਮਾਨ ਰਹਿੰਦਾ ਸੀ ਕਿ ਬਚਪਨ 'ਚ ਸਾਨੂੰ ਇੰਨਾ ਅਟੈਚਮੈਂਟ ਸੀਗੀ ਅੰਮ੍ਰਿਤਸਰ ਆਉਣ ਦੀ ਅਤੇ ਇੱਥੇ ਗੁਰਦੁਆਰਾ ਸਾਹਿਬ। ਅਤੇ ਫਿਰ ਮੈਂ 42 ਸਾਲ ਮੇਰਾ ਇੱਕ ਕਰੀਅਰ ਰਿਹਾ ਜਿਹਦੇ 'ਚ ਕਾਫੀ ਸਮੇਂ ਜਿਹੜਾ ਬਾਹਰਲੇ ਮੁਲਕਾਂ 'ਚ ਮੈਂ ਪੋਸਟਡ ਰਿਹਾ, ਪਰ ਜਦੋਂ ਮੈਂ ਵਾਪਸ ਆਇਆ 2017 ਮਾਰਚ 'ਚ, ਅਤੇ ਉਹਦੇ ਬਾਅਦ ਜਿਹੜੀ ਪੁਰਾਣੀ ਕਸਰ ਸੀ ਉਹ ਮੈਨੂੰ ਲੱਗਦਾ ਕਿ ਹੁਣ ਤਾਂ ਅਗਰ ਮੈਨੂੰ ਅੰਮ੍ਰਿਤਸਰ ਨੂੰ ਰਿਪ੍ਰਜੈਂਟ ਕਰਨ ਦਾ ਮੌਕਾ ਮਿਲਦਾ ਹੈ ਜੋ ਮੈਨੂੰ ਪੂਰੀ ਉਮੀਦ ਹੈ ਔਰ ਅਸੀਂ ਪੂਰੀ ਮਿਹਨਤ ਕਰਾਂਗੇ ਉਸ ਸੈਸ਼ਨ, ਅਤੇ ਮੈਂ ਸਮਝਣਾ ਕਿ ਇੱਥੇ ਰਿਹਾਇਸ਼ ਰੱਖ ਕੇ ਇੱਥੇ ਦਰਬਾਰ ਸਾਹਿਬ ਦੀ ਸੇਵਾ ਕਰਨ ਅਤੇ ਅੰਮ੍ਰਿਤਸਰ ਦੇ ਨਾਗਰਿਕਾਂ ਵਾਸਤੇ ਜੋ ਅਸੀਂ ਕਰ ਸਕਾਂਗੇ ਪੂਰੀ ਆਪਣੇ ਜੋ ਗੁਰੂ ਮਹਾਰਾਜ ਰਸਤਾ ਦਿਖਾਉਣਗੇ ਉਸੀ ਤਰੀਕੇ ਕਰਾਂਗੇ। ਇਸ ਚੀਜ਼ ਤੋਂ ਕੋਈ ਫਰਕ ਨਹੀਂ ਪੈਂਦਾ ਕਿ ਉਮੀਦਵਾਰ ਕਿੱਥੋਂ ਹੈ, ਬਾਹਰੀ ਹੈ ਜਾਂ ਆਪਣੇ ਇਲਾਕੇ ਦਾ ਹੈ। ਫਰਕ ਇਸ ਚੀਜ਼ ਤੋਂ ਪੈਂਦਾ ਹੈ ਕਿ ਉਹ ਆਪਣੇ ਇਲਾਕੇ ਦਾ ਕਿੰਨਾ ਕੀ ਧਿਆਨ ਰੱਖਦਾ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਉਮੀਦਵਾਰ ਤੁਹਾਡੇ ਇਲਾਕੇ ਦਾ ਕੈਂਡੀਡੇਟ ਆਮ ਲੋਕਾਂ ਦੀ ਸਾਰ ਲੈਂਦਾ ਹੈ, ਇਲਾਕੇ ਦਾ ਧਿਆਨ ਰੱਖਦਾ ਹੈ, ਤਾਂ ਸਾਨੂੰ ਉਸ ਨੂੰ ਜ਼ਰੂਰ ਚੁਣਨਾ ਚਾਹੀਦਾ ਹੈ। ਬਾਕੀ ਰਹੀ ਗੱਲ ਪਾਰਟੀਆਂ ਦੀ, ਤਾਂ ਸਾਨੂੰ ਆਪ ਸੋਚਣਾ ਚਾਹੀਦਾ ਹੈ ਕਿ ਅਸੀਂ ਕਿਸੇ ਵੀ ਪਾਰਟੀ ਜਾਂ ਧੜੇਬੰਦੀ ਦੇ ਨਾਲ ਜੁੜੇ ਬਿਨਾਂ ਇੱਕ ਚੰਗੇ ਕੈਂਡੀਡੇਟ ਨੂੰ ਪਛਾਣੀਏ ਅਤੇ ਉਸ ਚੰਗੇ ਕੈਂਡੀਡੇਟ ਦੇ ਹੱਕ ਦੇ ਵਿੱਚ ਆਪਣੀ ਵੋਟ ਪਾਈਏ, ਤਾਂ ਜੋ ਸਾਡੀ ਵੋਟ ਜ਼ਾਇਆ ਨਾ ਹੋਵੇ ਅਤੇ ਬਾਅਦ ਦੇ ਵਿੱਚ ਅਸੀਂ ਮੱਥੇ 'ਤੇ ਹੱਥ ਮਾਰ ਇਹ ਨਾ ਆਖੀਏ ਕਿ ਅਸੀਂ ਹਮੇਸ਼ਾ ਰਵਾਇਤੀ ਪਾਰਟੀਆਂ ਉੱਤੇ ਭਰੋਸਾ ਕਰਕੇ ਧੋਖਾ ਖਾਂਦੇ ਰਹੇ ਹਾਂ ਜਾਂ ਨਵੇਂ ਕੈਂਡੀਡੇਟਸ ਜਿਹੜੇ ਆਏ ਨੇ ਉਹਨਾਂ 'ਤੇ ਭਰੋਸਾ ਕਰਕੇ ਸਾਡਾ ਭਰੋਸਾ ਟੁੱਟਿਆ ਹੈ, ਜਿਹਨਾਂ ਨੂੰ ਤੁਸੀਂ ਜ਼ਮੀਨੀ ਪੱਧਰ ਉੱਤੇ ਕੰਮ ਕਰਦਿਆਂ ਵੇਖਿਆ ਹੈ, ਜਿਹਨਾਂ 'ਤੇ ਤੁਹਾਨੂੰ ਪੂਰਾ ਯਕੀਨ ਹੈ ਕਿ ਇਹ ਸਾਡੇ ਇਲਾਕੇ ਵਾਸਤੇ ਸਾਡੇ ਸੂਬੇ ਵਾਸਤੇ ਤਰੱਕੀ ਜ਼ਰੂਰ ਕਰਨਗੇ, ਉਹਨਾਂ ਨੂੰ ਹੀ ਆਪਣਾ ਮਤ ਦਿਓ, ਉਹਨਾਂ ਨੂੰ ਹੀ ਆਪਣੀ ਵੋਟ ਪਾਓ। ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚ
ਸੋਚਦੇ ਹੋ ਕਿ ਇਸ ਵਾਰ ਪੰਜਾਬ ਦੀ ਸੱਤਾ ਦਾ ਊਠ ਕਿਸ ਕਰਵਟ ਬੈਠੇਗਾ, ਕਿਹੜੀ ਧਿਰ ਹੋਏਗੀ ਜੋ ਮੈਕਸੀਮਮ ਸੀਟਾਂ ਲੈ ਕੇ ਜਾ ਸਕਦੀ ਹੈ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ, ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਪ੍ਰੋਗਰਾਮ ਮੈਂ ਤੁਹਾਨੂੰ ਦੱਸਣਾ, ਸਾਡੇ ਜਿਹੜੇ ਇੱਥੋਂ ਦੇ ਅਧਿਆਕਸ਼ ਹੈਗੇ ਭਾਰਤੀ ਜਨਤਾ ਪਾਰਟੀ ਦੇ ਸ਼ਵੇਤ ਮਲਿਕ ਜੀ, ਉਹਨਾਂ ਦੇ ਰਿਹਾਇਸ਼ ਤੋਂ ਅਸੀਂ ਚੱਲਾਂਗੇ ਕਿ ਰਿਟਰਨਿੰਗ ਆਫਿਸਰ ਦੇ ਕੋਲ, ਜੋ ਉਹਨਾਂ ਦੇ ਰੈਜੀਡੈਂਸ ਤੋਂ ਨਜ਼ਦੀਕ ਹੀ ਹੈਗਾ, ਅਤੇ 12 ਵਜੇ ਦੇ ਕਰੀਬ ਅਸੀਂ ਉੱਥੇ ਨੋਮੀਨੇਸ਼ਨ ਪੇਪਰ ਫਾਈਲ ਕਰਨਾ ਹੈਗਾ। ਅਤੇ ਅੱਜ ਪ੍ਰੈਸ ਕਾਨਫਰੰਸ ਜਿਹੜੀ ਤੁਹਾਡੇ ਨਾਲ ਮੈਂ 1.5 ਘੰਟਾ ਸਪੈਂਡ ਕੀਤਾ, ਉਹਦੇ ਬਾਅਦ ਸਾਰੀ ਉਹ ਕਾਗਜ਼ੀ ਕਾਰਵਾਈ ਜਿਹੜੀ ਹੁੰਦੀ ਹੈ, ਉਹ ਪੇਪਰ ਦੀ ਸਕਰੂਟਨੀ, ਉਹ ਸਾਰੀ ਕਰ ਲਈ, ਬੈਂਕ ਅਕਾਊਂਟ ਖੋਲ੍ਹਣਾ, ਅਤੇ ਕੱਲ੍ਹ ਨੋਮੀਨੇਸ਼ਨ ਫਾਈਲ ਕਰਨ ਦੇ ਬਾਅਦ ਫਿਰ ਪੂਰੇ ਜ਼ੋਰ ਨਾਲ ਤੁਹਾਡੇ ਸਾਥ ਨਾਲ ਅਤੇ ਬਾਬਾ ਗੁਰੂ ਮਹਾਰਾਜ ਦੀ ਬਲੈਸਿੰਗਸ ਅਤੇ ਆਸ਼ੀਰਵਾਦ ਨਾਲ ਫਿਰ ਆਪਣਾ ਕੈਂਪੇਨ ਚਾਲੂ ਹੋ ਜਾਏਗੀ। ਗੁਰੂ ਮਹਾਰਾਜ ਦੀ ਕਿਰਪਾ ਹੈ ਕਿ ਪਿਛਲੇ 18 ਮਹੀਨੇ 'ਚ ਮੇਰਾ ਸੁਭਾਗ ਰਿਹਾ ਹੈ ਕਿ ਮੈਂ ਇੰਨੀ ਵਾਰ ਆ ਕੇ ਮੱਥਾ ਟੇਕ ਸਕਿਆ। ਆਪਣੇ ਪਰਸਨਲ ਇੱਛਾ ਦੇ ਕਾਰਨ, ਦੂਜਾ ਜਦੋਂ ਬਾਹਰੋਂ ਕੋਈ ਹੈਡਸ ਆਫ ਸਟੇਟ ਜਾਂ ਗਵਰਨਮੈਂਟ ਆਉਂਦੇ ਸੀਗੇ ਤਾਂ ਮੈਨੂੰ ਯਾਦ ਹੈ 2 ਮੌਕੇ 'ਤੇ ਸੀਗੇ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਏ ਸੀਗੇ, ਅਤੇ ਪ੍ਰਧਾਨ ਮੰਤਰੀ ਜੀ ਨੇ ਮੈਨੂੰ ਆਦੇਸ਼ ਦਿੱਤਾ ਕਿ ਮੈਂ ਆ ਕੇ ਉਹਨਾਂ ਨਾਲ ਦਰਬਾਰ ਸਾਹਿਬ ਅਤੇ ਅੰਮ੍ਰਿਤਸਰ ਦਾ ਜਿਹੜਾ ਸੈਗਮੈਂਟ ਸੀ ਉਹਨਾਂ ਨਾਲ ਰਹਾਂ। ਉਹਦੇ ਬਾਅਦ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਅੰਤੋਨੀਓ ਗੁਤੇਰਸ ਜਦੋਂ ਆਏ ਸੀਗੇ, ਫਿਰ ਬਾਕੀ ਉਸ ਤੋਂ ਇਲਾਵਾ ਮੈਂ ਦਰਬਾਰ ਸਾਹਿਬ ਮੈਨੂੰ ਮੱਥਾ ਟੇਕਣ ਦਾ ਮੌਕਾ ਪਿਛਲੇ 60 ਸਾਲ 'ਚ ਇਹ ਦਿੱਲੀ ਮੇਰੀ ਪੋਸਟਿੰਗ ਰਹੀ ਹੈ ਜਾਂ ਬਾਹਰ ਰਹੀ ਹੈ, ਗੁਰੂ ਮਹਾਰਾਜ ਦੀ ਕਿਰਪਾ ਕਿ ਮੈਨੂੰ ਮੌਕਾ ਮਿਲਦੇ ਰਹੇ ਨੇ। ਪਰ ਮੈਂ ਹਮੇਸ਼ਾ ਮੇਰੀ ਖਾਹਿਸ਼ ਇਹ ਸੀ ਕਿ ਮੈਂ ਗੁਰਦੁਆਰਾ ਸਾਹਿਬ ਆਵਾਂ ਐਜ਼ ਏ ਡਿਵੋਟੀ, ਐਜ਼ ਏ ਡਿਸਾਈਪਲ, ਨੋਟ ਐਜ਼ ਏ ਕੈਂਡੀਡੇਟ। ਬਟ ਅੱਜ ਕੈਂਡੀਡੇਟ ਆਉਣ ਦਾ ਮੈਨੂੰ ਮੌਕਾ ਮਿਲਿਆ ਹੈ, ਅਤੇ ਮੈਂ ਆਸ਼ੀਰਵਾਦ ਅਤੇ ਗੁਰੂ ਮਹਾਰਾਜ ਦੀ ਬਖਸ਼ੀਸ਼ਾਂ ਲੈਣੇ, ਅਤੇ ਇੱਕ ਤਰਫ ਨਾਲ ਆਪਣਾ ਜੋ ਮੇਰਾ ਜੀਵਨ ਰਿਹਾ ਹੈ ਉਹਦੇ 'ਚ ਇੱਕ ਕੋਨਸਟੈਂਟ ਜਿਹੜੀ ਤਾਕਤ ਮਿਲਦੀ ਹੈ ਉਹ ਮੈਂ ਸਮਝਣਾ ਗੁਰੂ ਮਹਾਰਾਜ ਤੋਂ। ਬਾਕੀ ਅਪਸ ਐਂਡ ਡਾਊਨਸ ਹੁੰਦੇ ਰਹਿੰਦੇ ਨੇ, ਕਦੀ ਆਦਮੀ ਸਮਝਦਾ ਕਿ ਅੱਜ ਜਿਹੜਾ ਅੱਗੇ ਦਾ ਰਾਸਤਾ ਹੈ ਉਹ ਆਸਾਨ ਹੋਏਗਾ, ਪਰ ਮੈਂ ਹਮੇਸ਼ਾ ਕੋਈ ਜ਼ਿੰਦਗੀ ਦਾ ਜਦੋਂ ਮੋੜ ਆਉਂਦਾ ਜਿਹਦੇ 'ਚ ਮੈਨੂੰ ਲੱਗਦਾ ਕਿ ਨਵੇਂ ਚੈਲੇਂਜਸ ਹੋਣਗੇ, ਹਮੇਸ਼ਾ ਉਹ ਜੇ ਸਾਹਿਬ ਬਚਪਨ 'ਚ ਵੀ ਅਸੀਂ ਜਦੋਂ ਸਕੂਲ 'ਚ ਪੜ੍ਹਦੇ ਸੀਗੇ ਇਮਤਿਹਾਨ ਤੋਂ ਪਹਿਲੇ ਅਗਰ ਆਪਣੀ ਤਰਫੋਂ ਕੋਈ ਕਮੀਆਂ ਰਹਿ ਜਾਂਦੀਆਂ ਸਨ ਪੜ੍ਹਾਈ 'ਚ ਅਤੇ ਤਿਆਰੀ 'ਚ,
ਤੇ ਫਿਰ ਗੁਰੂ ਮਹਾਰਾਜ ਜਾ ਕੇ ਜੀ ਇਹਦੇ ਕੁਐਸਚਨ ਠੀਕ ਆ ਜਾਣ। ਪਰ ਇਸ ਵਾਲੇ ਇੱਕ ਹੋਰ ਬੜੀ ਵੱਡੀ ਚੁਣੌਤੀ ਹੈ ਕਿ ਇਹ ਨਵੀਂ ਜਿਹੜੀ ਜਰਨੀ 'ਚ ਮੈਂ ਕਦਮ ਰੱਖ ਰਿਹਾ ਉਹਦੇ 'ਚ ਮੇਰੀ ਪ੍ਰਾਰਥਨਾ ਇਹ ਰਹੇਗੀ ਕਿ ਮੈਂ ਮੈਨੂੰ ਇਹ ਜਿਹੜਾ ਮੌਕਾ ਦਿੱਤਾ ਗਿਆ ਹੈ ਜੋ ਬਿਲਕੁਲ ਮੈਂ ਐਕਸਪੈਕਟ ਨਹੀਂ ਕਰਦਾ ਸੀ, ਮੈਨੂੰ ਇਹਦੇ 'ਚ ਬੜੇ ਮੇਰੇ ਪੋਲੀਟੀਕਲ ਲਾਈਫ ਵਿੱਚ ਸਾਥੀ ਨੇ ਉਹਨਾਂ ਨੂੰ ਪਤਾ ਰਹੇਗਾ ਕਿ ਮੈਂ ਤੋ ਇਸ ਲਈ ਥੋੜ੍ਹੀ ਅਸੀਂ ਲੇਟ ਵੀ ਸ਼ੁਰੂਆਤ ਕੀਤੀ ਹੈ ਕਿ ਮੈਨੂੰ ਗੁਰੂ ਮਹਾਰਾਜ ਰਸਤਾ ਦਿਖਾਉਣ, ਮੈਨੂੰ ਸ਼ਕਤੀ ਦੇਣ ਕਿ ਜੋ ਅੰਮ੍ਰਿਤਸਰ ਦੀ ਜਨਤਾ ਹੈ ਉਹਨਾਂ ਦੀ ਮੈਂ ਸੇਵਾ ਜੋ ਹੈ ਗੁਰੂ ਮਹਾਰਾਜ ਦੇ ਦਿਖਾਏ ਤਰੀਕੇ ਅਤੇ ਰਸਤੇ 'ਚ ਕਰ ਸਕਾਂ। ਮੈਂ ਉਹੀ ਸਿਰਫ ਉਹੀ ਮੈਂ ਅੱਜ ਮੈਂ ਗਿਣਵਾ ਰਿਹਾ ਸੀ ਤੁਹਾਨੂੰ ਕਿ ਮੈਨੂੰ ਕਿੰਨੇ ਮੌਕੇ ਮਿਲੇ। ਮੈਂ ਤੁਹਾਨੂੰ ਦੱਸਿਆ ਸੀ ਮੈਂ ਦਕਸ਼ਿਨ 'ਚ ਲੈਂਡ ਕੀਤਾ ਸੀਗਾ ਜਦੋਂ ਮੈਨੂੰ ਅਧਿਆਕਸ਼ ਜੀ ਦਾ ਫੋਨ ਆਇਆ ਸ਼੍ਰੀ ਅਮਿਤ ਸ਼ਾਹ ਜੀ ਦਾ ਕਿ ਕੱਲ੍ਹ ਇੱਕ ਕਾਰਿਆਕ੍ਰਮ ਕਰਨ ਜਾ ਰਿਹਾ ਸੀ ਜੋ ਐੱਸ ਜੀ ਪੀ ਸੀ ਦੇ ਤਰਫੋਂ ਸੀਗਾ ਕਾਰਿਆਕ੍ਰਮ ਸੁਲਤਾਨਪੁਰ ਲੋਧੀ, ਅਤੇ ਮੈਂ ਉਹ ਜਿਸ ਫਲਾਈਟ 'ਤੇ ਗਿਆ ਸੀ ਉਹਦੇ ਥੋੜ੍ਹੇ ਘੰਟੇ ਬਾਅਦ ਹੀ ਵਾਪਸ ਦਿੱਲੀ ਆਇਆ। ਅਗਲੇ ਦਿਨ ਆਇਆ ਦਰਬਾਰ ਸਾਹਿਬ ਮੱਥਾ ਟੇਕਿਆ, ਉਹਦੇ ਬਾਅਦ ਸੁਲਤਾਨਪੁਰ ਲੋਧੀ ਗਿਆ, ਦੋ ਦਿਨ ਬਾਅਦ ਡੇਰਾ ਬਾਬਾ ਨਾਨਕ, ਅਤੇ ਉਹਦੇ ਬਾਅਦ ਮੈਨੂੰ ਇੱਕ ਕਰਤਾਰਪੁਰ ਸਾਹਿਬ ਮੱਥਾ ਟੇਕਣ ਦੀ ਮੌਕਾ ਮਿਲ ਗਿਆ। ਅਤੇ ਮੈਨੂੰ ਮੈਂ ਸਮਝਦਾ ਕਿ ਕੁਛ ਮੈਂ ਠੀਕ ਕੀਤਾ ਹੋਣਾ ਪਿਛਲੇ ਜਨਮ ਵਿੱਚ ਕਿ ਮੈਨੂੰ ਇਹੋ ਜਿਹੇ ਗੁਰੂ ਮਹਾਰਾਜ ਦੀ ਅਸੀਸਾਂ ਅਤੇ ਉਹਨਾਂ ਦੀ ਬਖਸ਼ਿਸ਼ ਅਤੇ ਸਭ ਤੋਂ ਜ਼ਿਆਦਾ ਜੋ ਹੈ ਜਿਹੜਾ ਰਸਤਾ ਦਿਖਾਉਣਾ, ਕਿਉਂਕਿ ਮੈਂ ਇਹਦੇ ਮੇਰੇ ਜ਼ਿੰਦਗੀ ਆਪਣੀ ਜ਼ਿੰਦਗੀ 'ਚ ਇੰਨੇ ਮੋੜ ਆਏ ਨੇ। ਮੈਂ ਤੁਹਾਨੂੰ ਦੱਸਿਆ ਨਾ ਮੈਂ ਸਾਊਥ ਹੀ ਲੈਂਡ ਕੀਤਾ ਸੀ ਅਤੇ ਮੈਨੂੰ ਆਦੇਸ਼ ਮਿਲ ਗਿਆ ਕਿ ਕੱਲ੍ਹ ਆ ਜਾਓ, ਅਤੇ ਉਸ ਦਿਨ ਉਸ ਹਫ਼ਤੇ 10 ਦਿਨ 'ਚ ਮੈਨੂੰ ਦਰਬਾਰ ਸਾਹਿਬ ਆ ਕੇ ਮੱਥਾ ਟੇਕਣ ਦੇ ਕੋਈ 6 ਮੌਕੇ ਮਿਲੇ ਹੋਏ ਨੇ। ਇਸ ਲਈ ਮੈਂ ਸਮਝਿਆ ਜੀ ਮੈਨੂੰ ਹਮੇਸ਼ਾ ਅਰਮਾਨ ਰਹਿੰਦਾ ਸੀ ਕਿ ਬਚਪਨ 'ਚ ਸਾਨੂੰ ਇੰਨਾ ਅਟੈਚਮੈਂਟ ਸੀਗੀ ਅੰਮ੍ਰਿਤਸਰ ਆਉਣ ਦੀ ਅਤੇ ਇੱਥੇ ਗੁਰਦੁਆਰਾ ਸਾਹਿਬ। ਅਤੇ ਫਿਰ ਮੈਂ 42 ਸਾਲ ਮੇਰਾ ਇੱਕ ਕਰੀਅਰ ਰਿਹਾ ਜਿਹਦੇ 'ਚ ਕਾਫੀ ਸਮੇਂ ਜਿਹੜਾ ਬਾਹਰਲੇ ਮੁਲਕਾਂ 'ਚ ਮੈਂ ਪੋਸਟਡ ਰਿਹਾ। ਪਰ ਜਦੋਂ ਮੈਂ ਵਾਪਸ ਆਇਆ 2017 ਮਾਰਚ 'ਚ, ਅਤੇ ਉਹਦੇ ਬਾਅਦ ਜਿਹੜੀ ਪੁਰਾਣੀ ਕਸਰ ਸੀ ਉਹ ਮੈਨੂੰ ਲੱਗਦਾ ਕਿ ਹੁਣ ਤਾਂ ਅਗਰ ਮੈਨੂੰ ਅੰਮ੍ਰਿਤਸਰ ਨੂੰ ਰਿਪ੍ਰਜੈਂਟ ਕਰਨ ਦਾ ਮੌਕਾ ਮਿਲਦਾ ਹੈ, ਜੋ ਮੈਨੂੰ ਪੂਰੀ ਉਮੀਦ ਹੈ ਔਰ ਅਸੀਂ ਪੂਰੀ ਮਿਹਨਤ ਕਰਾਂਗੇ ਉਸ ਸੈਸ਼ਨ, ਅਤੇ ਮੈਂ ਸਮਝਣਾ ਕਿ ਇੱਥੇ ਰਿਹਾਇਸ਼ ਰੱਖ ਕੇ ਇੱਥੇ ਦਰਬਾਰ ਸਾਹਿਬ ਦੀ ਸੇਵਾ ਕਰਨ ਅਤੇ ਅੰਮ੍ਰਿਤਸਰ ਦੇ ਨਾਗਰਿਕਾਂ ਵਾਸਤੇ ਜੋ ਅਸੀਂ ਕਰ ਸਕਾਂਗੇ ਪੂਰੀ ਆਪਣੇ ਜੋ ਗੁਰੂ ਮਹਾਰਾਜ ਰਸਤਾ ਦਿਖਾਉਣਗੇ ਉਸੇ ਤਰੀਕੇ ਕਰਾਂਗੇ।